ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ ਤੁਹਾਡੇ ਸਾਰਿਆਂ ਦੇ। ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਡੇ ਯੂਟਿਊਬ ਚੈਨਲ ਗੁਰਸੀਰਤ ਚੀਮਾ 'ਤੇ। ਕਿੱਦਾਂ ਸਾਰੇ ਠੀਕ ਠਾਕ? ਅਤੇ ਅੱਜ 12 ਤਰੀਕ ਹੈਗਾ ਜੀ। ਸੋ ਅੱਜ ਅਖੰਡ ਪਾਠ ਸਾਹਿਬ ਦਾ ਭੋਗ ਪੈਣਾ ਅਤੇ ਨਾਲ ਨਾਲ ਚੱਲਣੀ ਹੈ ਪਾਰਟੀ, ਚਾਹ ਪਾਣੀ, ਲੰਗਰ ਪਾਣੀ, ਸਾਰੀਆਂ ਚੀਜ਼ਾਂ ਦਾ ਪ੍ਰੋਗਰਾਮ ਹੈ। ਅਤੇ ਤੁਹਾਨੂੰ ਸਾਰਾ ਕੁਛ ਹੈ, ਐਵਰੀਥਿੰਗ, ਸਾਰੀਆਂ ਚੀਜ਼ਾਂ ਨੇ ਇੰਜੋਏ ਕਰਾਂਗੇ। ਅਤੇ ਢਾਡੀ ਰਾਗੀ ਜਿੱਥੇ ਵੀ ਹੋਣਗੇ ਕੀਰਤਨ ਲਈ, ਅਤੇ ਸੋ ਉਹ ਵੀ ਤੁਹਾਨੂੰ ਵਿੱਚ ਵਿੱਚ ਆਪਾਂ ਸਾਰੀਆਂ ਚੀਜ਼ਾਂ ਰਿਕਾਰਡ ਕਰਾਂਗੇ, ਨਾਲ ਦੀ ਨਾਲ ਵਲੋਗ ਆਪਣਾ ਬਣਾਉਂਦੇ ਰਹਾਂਗੇ। ਅਤੇ ਠੰਡ ਵੀ ਇਹ ਬਹੁਤ ਜ਼ਿਆਦਾ, ਧੁੱਪ ਚੜ ਨਹੀਂ ਰਹੀ, ਅਤੇ ਬਿਮਾਰ ਵੀ ਮਨਿੰਦਰ ਬਿਮਾਰ ਵੀ ਆਪਾਂ ਫਿਰ ਵੀ ਸਿਰ ਸਿਰੇ ਲੱਗੀਆਂ ਨੇ। ਸੋ ਰੇੜੀ ਰੂੜੀ ਹੋਣ, ਨੇਲ ਪਾ ਲਏ ਸੀ। ਤੂੰ ਕਿੱਥੋਂ ਲਾ ਰਿਹਾ ਬੇਟਾ? ਤੇ ਇਹਦੇ ਉੱਤੇ ਲਕੀਰਾਂ ਮਾਰ ਕੇ ਕਾਲੇ ਰੰਗ ਦੀਆਂ, ਲਾਲ ਦੇ ਉੱਤੇ ਨੇਲ ਆਰਟ ਹੋ ਜਾਏਗੀ। ਕੱਲ ਵੀ ਆਪਾਂ ਵਲੋਗ ਸ਼ੂਟ ਕੀਤਾ ਸੀ ਸ਼ੁਰੂ, ਕਿਉਂਕਿ ਕੱਲ ਕੀ ਸੀ, ਕੱਲ ਆਪਾਂ ਸਾਰੇ ਪਿੰਡ ਵਿੱਚ ਬੀਬੀਆਂ ਨੇ ਸਾਰੀਆਂ ਨੇ ਵੰਡੀ ਸੀ ਲੋਹੜੀ। ਸੋ ਉਹ ਕੀਤਾ ਸੀ ਸ਼ੁਰੂ, ਪਰ ਉਹ ਬਿਮਾਰ ਹੋਣ ਕਰਕੇ ਮਨਿੰਦਰ ਦੇ ਫਿਰ ਮੈਂ ਨਾਲ ਜਾ ਨਹੀਂ ਸਕਦਾ, ਕਿਉਂਕਿ ਇਹਦੇ ਲੇਡੀਜ਼ ਦਾ ਕੰਮ ਸੀ। ਸਾਰੇ ਪਿੰਡ ਵਿੱਚ ਦੋ ਚਾਰ ਘਰਾਂ ਜਾ ਕੇ ਮੇਰੇ ਕੋਲ ਤੁਰਿਆ ਨਹੀਂ ਸੀ ਜਾ ਰਿਹਾ, ਥੋੜਾ ਜਿਹਾ ਕੀਤਾ ਹੀ ਸ਼ੂਟ, ਬਸ ਫਿਰ ਉਹਨੂੰ ਸਕਿੱਪ ਕਰ ਦਿੱਤਾ। ਸੋ ਅੱਜ ਵਾਲਾ ਹੀ ਆਪਾਂ ਕਰਾਂਗੇ ਸ਼ੂਟ, ਅੱਜ ਭੋਗ ਪੈਣਗੇ ਖੰਡ ਪਾਠ ਸਾਹਿਬ ਦੇ, ਅਤੇ ਫਿਰ ਉਦੋਂ ਬਾਅਦ ਖਾਣ ਪੀਣ ਇੰਜੋਏ ਚੱਲੇਗਾ। ਅਤੇ ਕੱਲ ਨੂੰ 13 ਤਰੀਕ, ਫਿਰ ਕੱਲ ਨੂੰ 13 ਤਰੀਕ, ਕੱਲ ਨੂੰ ਲੋਹੜੀ ਦਾ ਪ੍ਰੋਗਰਾਮ ਘਰੇ ਹੀ ਕਰਾਂਗੇ, ਅਤੇ 14 ਨੂੰ ਫਿਰ ਪੈਲੇਸ ਪਾਰਟੀ, ਡੀਜੇ ਡੂਜੇ ਸਾਰੇ ਚੱਲਣਗੇ। ਟੈਂਸ਼ਨ ਨਾ ਲਓ ਫਰੈਂਡਸ, ਅਸੀਂ ਤੁਹਾਨੂੰ ਪਤਾ ਹੀ, ਅਸੀਂ ਹੁਣ ਆਪਣਾ ਨਵਾਂ ਸਿਸਟਮ ਸਟਾਰਟ ਕੀਤਾ ਪਹੇਲੀ ਵਾਲਾ, ਹਨਾ। ਲਾਸਟ ਵਲੌਗ 'ਚ ਅਸੀਂ ਕਿਹੜੀ ਪਹੇਲੀ ਪੁੱਟ ਕੀਤੀ ਸੀ ਸਿਰਤ? ਅਸੀਂ ਪਹੇਲੀ ਪੁੱਟ ਕੀਤੀ ਸੀ ਕਿ ਉਹ ਕਿਹੜੀ ਚੀਜ਼ ਜਿਹਨੂੰ ਅਸੀਂ ਇੱਕ ਵਾਰ ਖਾਣ ਤੋਂ ਬਾਅਦ ਦੁਬਾਰਾ ਨਹੀਂ ਖਾਣਾ ਚਾਹੁੰਦੇ ਹੈਗੇ, ਉਹ ਚੀਜ਼ ਧੋਖਾ, ਉਹਦਾ ਆਨਸਰ ਧੋਖਾ। ਮਤਲਬ ਜਿਵੇਂ ਅਗਰ ਅਸੀਂ ਇੱਕ ਵਾਰ ਧੋਖਾ ਖਾ ਜਾਂਦੇ ਹਾਂ ਤਾਂ ਦੁਬਾਰਾ ਤਾਂ ਸਾਡਾ ਬਿਲਕੁਲ ਦਿਲ, ਕੋਈ ਵੀ ਇਨਸਾਨ ਜਿਹਨੂੰ ਇੱਕ ਵਾਰੀ ਧੋਖਾ ਮਿਲੇ ਤਾਂ ਉਹ ਦੁਬਾਰਾ ਐਕਸਪੈਕਟ ਕਰਦਾ ਹੀ ਨਹੀਂ ਉਹ ਚੀਜ਼, ਉਹਦੇ ਨਾਮ ਹੀ ਨਹੀਂ ਲੈਣਾ ਚਾਹੁੰਦਾ ਬੰਦਾ ਵੀ ਕਿਸੇ ਨਾਲ, ਚਲੋ ਵਾਹਗੁਰੂ ਕਰੇ ਧੋਖਾ ਹੋਏ ਵੀ ਨਾ। ਸੋ ਇਸ ਪਹੇਲੀ ਦਾ ਜਵਾਬ ਸੀ ਧੋਖਾ। ਅਤੇ ਅਗਲੀ ਪਹੇਲੀ ਅਸੀਂ ਤੁਹਾਡੇ ਤੋਂ ਵਲੋਗ ਦੇ ਲਾਸਟ ਵਿੱਚ ਪੁੱਛਾਂਗੇ, ਠੀਕ ਹੈ ਫਰੈਂਡਸ? ਅਤੇ ਅਸੀਂ ਤੁਹਾਨੂੰ ਪਹਿਲਾਂ ਹੀ ਜਵਾਬ ਦੇ ਦਿੱਤਾ ਤਾਂ ਜੋ ਕਈ ਸਬਸਕ੍ਰਾਈਬਰਸ ਨੂੰ ਪਤਾ ਨਹੀਂ ਲੱਗ ਰਿਹਾ ਹੈਗਾ, ਅਸੀਂ ਲਾਸਟ ਵਿੱਚ ਹੀ ਇਹ ਟੋਪਿਕ ਸਟਾਰਟ ਕਰਨੀ, ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਇਹ ਕੋਈ ਪਹੇਲੀ ਵਾਲਾ ਸਿਸਟਮ ਹੁੰਦਾ, ਕੋਈ ਐਂਡ ਤੱਕ ਨਹੀਂ ਦੇਖਦਾ ਹੈਗਾ, ਇਸ ਕਰਕੇ ਅਸੀਂ ਸਟਾਰਟਿੰਗ ਵਿੱਚ ਤੁਹਾਨੂੰ ਲਾਸਟ ਪਹੇਲੀ ਦਾ ਆਨਸਰ ਦੇ ਦਿੱਤਾ ਹੈ, ਅਤੇ ਨੈਕਸਟ ਪਹੇਲੀ ਅਸੀਂ ਤੁਹਾਨੂੰ ਵਲੋਗ ਦੇ ਐਂਡ ਵਿੱਚ ਆਪਾਂ ਪੁੱਟ ਕਰਾਂਗੇ। ਚਲੋ ਹੋ ਜਾਓ ਰੈਡੀ, ਤੇ ਫਿਰ ਤੁਹਾਨੂੰ ਮਿਲਨੇ ਆ ਪਹੁੰਚ ਕੇ ਉਧਰ। ਖਾਣੇ ਆ ਅਸੀਂ ਰੈਡੀ ਹੋਣ ਲੱਗਿਆ, ਅਸੀਂ ਕੀ ਕਰਨੀ ਆ ਅੱਜ, ਹਾਲ ਸਾਨੂੰ ਨਹੀਂ ਪਤਾ ਹੈਗਾ, ਕਿਉਂਕਿ ਸਾਨੂੰ ਸੂਟ ਸਿਲੈਕਸ਼ਨ ਵਿੱਚ ਹੀ ਅੱਜ ਬੜੀ ਟਾਈਮ। ਬਸ ਰੈਡੀ ਹੋ ਗਏ, ਮਿਲੋ ਸਿੱਧਾ ਡਾਇਰੈਕਟਲੀ ਅੱਜ, ਵਲੋਗ ਫਿਰ ਬਹੁਤ ਜ਼ਿਆਦਾ ਲੰਬਾ ਹੋ ਜਾਏ, ਕਿਉਂਕਿ ਉਧਰ ਵੀ ਸਾਰਾ ਪ੍ਰੋਗਰਾਮ ਆਪਾਂ ਕਾਫੀ ਚੀਜ਼ਾਂ ਸ਼ੂਟ ਕਰਾਂਗੇ, ਸਾਰੇ ਰਿਸ਼ਤੇਦਾਰ ਆਉਣਗੇ, ਪਿੰਡ ਵਾਲੇ ਵੀ ਸਾਰੇ ਜੀ ਆਪਣੇ ਸਾਰੇ ਆਉਣਗੇ। ਸੋ ਮਿਲਦੇ ਹਾਂ ਤੁਹਾਨੂੰ, ਰੈਡੀ ਹੋ ਕੇ। ਸੋ ਫਰੈਂਡਸ, ਹੁਣ ਮੰਮਾ ਅਤੇ ਮੈਂ ਦੋਨੋਂ ਹੋ ਗਏ ਹਾਂ ਰੈਡੀ, ਪਾਪਾ ਤੁਸੀਂ ਰਹਿ ਗਏ ਬਸ ਫਟਾਫਟ। ਪਾਪਾ ਨੇ ਵੀ ਅੱਜ ਕੁੜਤਾ ਪਜਾਮਾ ਪਾਉਣਾ ਤੇ ਫਤਿਹ ਵੀ ਰੈਡੀ ਹੋ ਗਿਆ, ਸਾਰੇ ਕਾਲੇ ਕਾਲੇ ਹੋ ਜਾਣਗੇ। ਨਹੀਂ, ਪਾਪਾ ਨੇ ਤੇ ਚਿੱਟਾ ਪਾਉਣਾ, ਪਾਪਾ ਨੇ ਤੇ ਪਾਰਟੀ ਵਾਲੇ ਦਿਨ ਹੀ ਪਾਉਣਾ ਕਾਲਾ, ਮੈਂ ਉਹਦਾ ਬਲੂ ਪਾਉਣਾ। ਫਰੈਂਡਸ, ਤੁਸੀਂ ਫਤਿਹ ਦੀ ਡਰੈਸ ਬਾਰੇ ਕਮੈਂਟ ਜ਼ਰੂਰ ਕਰਿਓ ਕਿ ਕਿੱਦਾਂ ਦੀ ਲੱਗ ਰਹੀ ਹੈ, ਮੈਨੂੰ ਕਾਫੀ ਅੱਛੀ ਲੱਗ ਰਹੀ ਹੈ। ਮੰਮਾ ਦੀ ਡਰੈਸ ਬਾਰੇ ਵੀ, ਐਂਡ ਮੰਮਾ ਹਾਲੇ ਇਅਰਿੰਗਸ ਪਾ ਰਹੇ ਨੇ। ਹਾਂ ਦੇਖੋ ਫਰੈਂਡਸ, ਇਹਦੇ ਪਾਪਾ ਨੂੰ ਮੈਂ ਕਿਹਾ ਮੇਰਾ ਬੰਦ ਕਰ ਦੋ, ਤੇ ਆ ਦੇਖੋ ਜੀ ਡੰਡੀ ਤੋੜ ਕੇ ਤਸ ਦਿੱਤੀ। ਹਾਂ, ਸੱਤਿਆਨਾਸ ਮਾਰਤਾ ਮੇਰੇ, ਹਾਲੀ ਪਹਿਲੀ ਵਾਰ ਪਾਉਣ ਲੱਗੀ। ਬਹੁਤ ਸੋਹਣੇ ਇਅਰਿੰਗਸ ਹਨ, ਚਲੋ ਨੋ ਵੀ ਆਪਣੀ ਡਰੈਸ ਤੇ ਵਿਖਾ ਦਿਓ। ਸ਼ੀਸ਼ੇ ਨੂੰ ਦੱਸੋ ਕਿੱਦਾਂ ਦੇ ਲੱਗ ਰਹੇ ਨੇ ਹੁਣ ਮੈਂ ਇਹ ਵਾਲੇ ਪਾ। ਫਰੈਂਡਸ, ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਮੰਮਾ ਦੇ ਇਅਰਿੰਗਸ ਕਿੱਦਾਂ ਲੱਗ ਰਹੇ ਨੇ। ਮੱਕੀ ਗੰਦ ਮਾਰਿਆ ਤੇ ਉਹ ਜੀ, ਹੁਣ ਹੋ ਚੁੱਕੇ ਨੇ ਸਾਰੇ ਰੈਡੀ। ਫਤਿਹ ਸਿੰਘ ਵਿਖਾਓ ਆਪਣਾ ਡਰੈਸ, ਫਤਿਹ ਦੀ ਵੇਖੋ, ਸੀਰ ਦੀ ਡਰੈਸ ਵੇਖੋ। ਫਤਿਹ ਵਾਹ ਬੇਟੇ, ਮੌਜ ਕਰਦੀ। ਫਟਾਫਟ ਕਮੈਂਟ ਕਰਕੇ ਦੱਸੋ ਜੀ ਕਿੱਦਾਂ ਲੱਗੀ ਇਹਨਾਂ ਦੀ ਐਡਰੈਸ। ਫਤਿਹ ਚੰਗੀ ਤਰ੍ਹਾਂ ਸਾਹਮਣੇ ਆਣਾ, ਪੂਰੀ ਫੁੱਲ ਫਾਰਮ ਵਿੱਚ। ਫਤਿਹ ਨੇ ਨਾਲ ਕੀ ਪਾਈ ਹੈ? ਪੰਜਾਬੀ ਜੁੱਤੀ, ਵੈਰੀ ਗੁੱਡ। ਸੀਰਤ ਨੇ ਵੀ ਪੰਜਾਬੀ ਜੁੱਤੀ, ਅਤੇ ਇਹਨਾਂ ਨੂੰ ਸੱਸ ਨੂੰ ਵੇਖੋ ਵੀ ਰੇੜੀ ਨੇ। ਅਤੇ ਅੱਜ ਇਹਨਾਂ ਨੇ ਦਹੀਂ ਭੱਲੇ, ਪਕੌੜੇ, ਟਿੱਕੀਆਂ, ਗੋਲ ਗੱਪੇ, ਹਨੇਰੀਆਂ ਲਿਆ ਕੇ ਰੱਖਣੀਆਂ ਨੇ ਅੱਜ, ਕੜਾਕੇ ਕੱਢਣੇ। ਚਲੋ ਹੁਣ ਕੀਰਤਨ ਸ਼ੁਰੂ ਹੋ ਗਿਆ, ਚੱਲੀਏ ਉੱਥੇ। ਸਾਰਾ ਬਹੁਤ ਕੁਛ ਬੇਟਾ, ਪੂਰੀਆਂ ਰੌਣਕਾਂ ਨੇ, ਇੱਥੇ ਚੱਲ ਕੇ ਵਿਖਾਉਂਦੇ ਹਾਂ ਤੁਹਾਨੂੰ, ਪਹਿਲਾਂ ਦਰਸ਼ਨ ਕਰਨੇ ਆ, ਕੀਰਤਨ ਚੱਲ ਰਿਹਾ, ਅਤੇ ਫਿਰ ਉਦੋਂ ਬਾਅਦ ਲੰਗਰ ਪਾਣੀ, ਸਾਰਾ ਕੁਛ। ਚਲੋ ਆ ਜਾਓ, ਚਲੋ ਚਲੋ ਚਲੋ। ਤੇਰੇ ਬਜ਼ੁਰਗ ਜਿਹੜੇ ਦਰਗਾਹ ਨੂੰ ਚਲੇ ਗਏ ਨੇ, ਉਹਨਾਂ ਦਾ ਵੀ ਉਧਾਰ ਹੋ ਗਿਆ ਤੈਨੂੰ, ਉਹ ਨਾਮ ਪਰਮੇਸ਼ਰ ਦਾ ਸਦਾ ਯਾਦ ਰਵੇ। ਸੋ ਹਰ ਹਰ ਤੁਮ ਸਦੀ ਤੇਰੀ ਕੱਢ ਰਹੇ ਨੇ ਕੜਾਕੇ, ਡਰੈਸ ਨਾ ਖਰਾਬ ਕਰੀ, ਕਦੀ ਆਪਣੇ ਲਪੇਟ ਲੈ ਸਾਰੀ ਡਰੈਸ। ਸਾਰਿਆਂ ਨੂੰ ਖਾਓਗੇ, ਟੈਂਸ਼ਨ ਨਾ ਲਓ।
ਸੀਰਤ ਕੀ ਛਾਲ ਗਈ ਟਿੱਕੀ ਮੰਮਾ ਤੇਰੀ ਕੱਢਦੀ ਕਰਾ ਕੇ ਕੀ ਹਾਰੀ ਐ ਮੇਰੀ ਫੇਵਰੇਟ ਗਜਰੇਲੇ ਵਾਲੀ ਬਰਫੀ ਕਿੱਥੇ ਨੇ ਭਾਬੀ ਰ ਕਿੱਧਰ ਨੇ ਬਸ ਖਾਓ ਖਾਣੇ ਕੋ ਖਾਓ ਖਾਓ ਕੋਈ ਨਹੀਂ ਭਾਬੀ ਰ ਕਿੱਧਰ ਗਏ ਨੇ छोटे सारे 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 कट रही कड़ाके सी छोटा जहां दियोर सारे दियोर लगता निका छोटा जहा दियोर मेरा छोटा जहा भला है मिलो शादी नूर नू नूर हेलो करो हेलो साडा स्वीट बच्चा है बड़ा प्यारा बच्चा है दीदी कितने गई है अमनूर दीदी दीदी उठो खा लो कहती मैं रोटी नहीं खानी मैं दीदी को जाना लक्की वीर जी वाली वाली से सारे सो फ्रेंड्स हुण हो गया है लंच टाइम ते अंबर क्यों दी तुसी कर ले लंच करना है ले चलो हुण सारे आ गए ने इत्थे खाण पीण साइड प्लीज साइड काफी कुछ लगता है उत्थे भी सब्जियां चोर सारा मारी पता नहीं किस दिन अपने लबना खाए अमृत पेका पार्टी है सारी लो देख लो अज अमृत एम्बर दी मम्मा जे रोज कहते सो मुंह दिखाओ चंगी तरह दिखाओ फेस बाकी सारे साढ़े चाचू ने हेलो सारे लगे ने खान पीन मैं ते खा लिया हुण दादी मां तुसी भी लगे हो मारो मार लंच कर लिया हूं आ गई जेंट्स की बारी सारे लगे ने मारो मार ते आ दादू साडे आए ने अमरीका तो अमितोष के दादू सारे हुण पापा जी क्या हाल चाल चाचू भी लगे ने ते हुण सारे लंच कर लैन उस तो बाद तुहानू खावांगे सारे प्लांट वेला खराब कर देने लो फ्रेंड्स असीं हुण आ गए आ घर इंस्टाग्राम ਇਹੋ ਜਿਹੇ ਸੋਹਣੇ ਸੋਹਣੇ ਸੂਟ ਬਣਵਾ ਸਕਦੇ ਹੋ ਸੀਰਤ ਦਾ ਵੀ ਇਦਾਂ ਦਾ ਹੀ ਸੇਮ ਹਨ ਸੀਰਤ ਨੇ ਉਗਾਰ ਦਿੱਤਾ ਹੁਣ
खा खा के अज कोई वाह नहीं रहा दही पले टिक्किया गलो पहला खराब सी फिर चंगी तरह बंद रहे कोई दिक्कत नहीं ज्यादा ही हो गया है पग लैन वास्ते हुण ना शीशे च वेख के कहंदे पे ने सोहना लग रहा है तू कलर होर कोई क्या सी मैं ए कलर चूज कीता ओदे ते ते बड़ा फर्क सी इत्थे आओ जानन चाहो ते मेरे च रखियो ਉਹ ਤਾਂ ਕਾਲੀ ਕਾਲੀ ਲੱਗ ਰਹੀ ਇੱਥੇ ਆ ਸੋਹਣੀ ਲੱਗੂਗੀ ਹਾਂ ਨਹੀਂ ਇੱਧਰ ਵੀ ਕਾਲੀ ਲੱਗ ਰਹੀ ਹਾਂ ਇੱਦਾਂ ਠੀਕ ਹੈ ਹੁਣ ਗੋਰਾ ਲੱਗ ਰਿਹਾ ਹਾਂ ਰੰਗ ਹੀ ਕਾਲਾ ਤੇ ਇਹ ਰੰਗ ਨਾ ਲੈਣ ਪਿੱਛੇ ਬੜੀ ਲੜਾਈ ਕੀਤੀ ਸੀ ਚਲੋ ਹੁਣ ਸੋਹਣੇ ਲੱਗ ਰਹੇ ਦੱਸੋ ਇਹਦੇ ਪਾਪਾ ਕਿਵੇਂ ਦੇ ਲੱਗ ਰਹੇ ਸ਼ੀਸ਼ੇ ਵੇਖ ਰਿਹਾ ਕਿਦਾਂ ਦਾ ਬਹੁਤ ਲੱਗ ਚਲੋ ਬਸ ਠੀਕ ਲੈ ਨੇਤਾ ਲੱਗ ਰਿਹਾ ਅੱਜ ਥੈਂਕ ਯੂ ਚਲੋ ਆ ਜਾਓ ਹੁਣ ਅੰਦਰ ਚੱਲਨੇ ਆ ਚਲੋ ਡਰੈਸ ਚੇਂਜ ਕਰੋ ਰੈਸਟ ਕਰਾਂਗੇ ਹੁਣ ਥੋੜੀ ਚੱਲ ਸਿਰ ਅੰਦਰ ਆ ਜਾ ਕਿਮਾ ਰੁਕੋ ਤੇ ਚੱਲ ਚਲੀਏ चाचू दा सीरियस फोन आ रहा बार बार की करनी पी मर गया तो फिर बोल कि मेरी मर गया सह नहीं आता पाया ਬੇਟਾ ਫਿਰ ਤੁਸੀਂ ਤੁਹਾਨੂੰ ਅੱਜ ਜਦੋਂ ਪਤਾ ਸੀ ਤੇਰੀ ਮੰਮਾ ਨੇ ਵੇਖ ਮੈਂ ਇਹਨੂੰ ਵੇਖਿਆ ਦਹੀਂ ਬੱਲੇ ਖਾਂਦੇ ਜਦੋਂ ਬੰਦਾ ਠੀਕ ਨਹੀਂ ਹੁੰਦਾ ਨਾ ਤੇ ਉਦੋਂ ਐਵੇਂ ਦੀ ਚੀਜ਼ ਨਹੀਂ ਖਾਣੀ ਚਾਹੀਦੀ ਪਤਾ ਕੀ ਮੈਂ ਖਾਦੀ ਜੀ ਸਾਹਿਬ ਵੀ ਬੀਬੀ ਨੂੰ ਕਹਿੰਦੇ ਬੜੇ ਸਵਾਦ ਦਾ ਕੁਝ ਨਹੀਂ ਹੁੰਦਾ ਖਾ ਫਿਰ ਉਹ ਤੇ ਫਿਰ ਹੁਣ ਭੁਗਤੋਗੇ ਤੁਸੀਂ ਜਦੋਂ ਨਹੀਂ ਠੀਕ ਤੇ ਫਿਰ ਜੀਭ ਦਾ ਸਵਾਦ ਤਿਆਗਣਾ ਪੈਂਦਾ ਫਰੈਂਡਸ ਮੈਂ ਜਾਮ ਹੋ ਗਿਆ ਮੇਰਾ ਗਲਾ ਗੁਲਾ ਮੇਰਾ ਸਭ ਰੋਟੀ ਰੋਟੀ ਖਾਣੀ ਕਿ ਨਹੀਂ ਖਾਣੀ ਮੈਂ ਦੁਪਹਿਰੇ ਵੀ ਨਹੀਂ ਖਾ ਕੇ ਆਈ ਦੁਪਹਿਰੇ ਬੜਾ ਮਾਲ ਫੈਂਟਿਆ ਤੂੰ ਬਸ ਕਰੋ ਮੈਂ ਕੋਣੀ ਰੋਟੀ ਖਾਦੀ ਸੀ ਮੈਂ ਇੱਕ ਰਬੜੀ ਜਲੇਬੀ ਖਾ ਕੇ ਆਈ ਆ ਬਸ ਰੋਟੀ ਕੋਣੀ ਖਾਦੀ ਚਲੋ ਫਿਰ ਉੱਠੋ ਅਮਰਜੀਤ ਵਾਰ ਵਾਰ ਫੋਨ ਕਰਦਾ ਵਾ ਕਹਿੰਦਾ ਘਰ ਸਾਰੇ ਭੱਜ ਗਏ ਘਰ ਘਰ ਕੀ ਕਰਨ ਗਏ ਉੱਠੋ ਚਲੋ ਚਲੀਏ ਚਾਚੀ ਤੋਂ ਉੱਠੋ ਮੇਰਾ ਤੇ ਅਸੀਂ ਤੁਸੀਂ ਦੁਰ ਜਾਂਦੇ ਮੈਂ ਇੰਨੀ ਰੌਣਕ ਲੱਗੀ ਜਲਦੀ ਆਓ ਚਾਚੀ ਸਾਰੇ ਵੇਂਦੇ ਬਣੇ ਵੀ ਕਿੱਥੇ ਸਾਰੇ ਜੀ ਹੋਣਗੇ ਤਾਂ ਹੀ ਮਜ਼ਾ ਆਉਂਦਾ ਯਾਰ ਉੱਠੋ ਉੱਠੋ ਜਲਦੀ ਚਾਚੀ ਤੋਂ ਉੱਠ ਚਾਚੂ ਦਾ ਕਿੰਨੀ ਵਾਰੀ ਫੋਨ ਆ ਗਿਆ ਵੀ ਘਰ ਕਾਹਦੇ ਲਈ ਭੱਜ ਜਾਂਦੇ ਤੇਰੇ ਘਰ ਬੱਲ ਆਪਣੇ ਨੂੰ ਰਹਿਣ ਦੇ ਸੀਰਤ ਬੇਟਾ ਕੈਪ ਪਾ ਲੈ ਸੋਣੀ ਦੀ ਕੈਪ ਪਾਓ ਚਲੋ ਆ ਜਾਓ ਚਲੋ ਚਲੋ ਫਰੈਂਡਸ ਹੁਣ ਅਸੀਂ ਆ ਗਏ ਆ ਚਾਚੂ ਘਰ ਤੇ ਅਸੀਂ ਡਿਨਰ ਕਰ ਲਿਆ ਹੱਲੇ ਸਾਰੇ ਕਰ ਰਹੇ ਨੇ ਤੇ ਫਰੈਂਡਸ ਅਸੀਂ ਹੁਣ ਕਰਾਂਗੇ ਵਲੌਗ ਦਾ ਐਂਡ ਤੇ ਜਿਹੜੀ ਅੱਜ ਦੀ ਪਹੇਲੀ ਏ ਉਹ ਏ ਕਿ ਉਹ ਕਿਹੜੀ ਚੀਜ਼ ਏ ਜਿੰਨੂੰ ਅਸੀਂ ਬਾਜ਼ਾਰੋਂ ਖਾਣ ਵਾਸਤੇ ਲੈ ਕੇ ਆਨੇ ਆ ਲੇਕਿਨ ਉਹਨੂੰ ਅਸੀਂ ਖਾਂਦੇ ਨਹੀਂ ਆਪਣਾ ਕਮੈਂਟ ਆਪਣਾ ਆਨਸਰ ਕਮੈਂਟ ਵਿੱਚ ਜ਼ਰੂਰ ਦਿਓ ਐਂਡ ਵੀ ਦਾ ਨੈਕਸਟ ਵੀਡੀਓ ਇਹ ਪਹੇਲੀ ਪੁੱਛੀ ਏ ਇਹ ਪਹੇਲੀ ਹਰਗੁਣ ਨੇ ਦੱਸੀ ਸਾਨੂੰ ਕਿ ਇਹ ਵਾਲੀ ਪਹੇਲੀ ਪੁੱਛੋ ਤੇ ਹੁਣ ਤੁਸੀਂ ਸਾਰਿਆਂ ਨੇ ਕਮੈਂਟ ਬਾਕਸ ਵਿੱਚ ਸਾਨੂੰ ਇਹਦਾ ਆਨਸਰ ਦੇਣਾ ਤੇ ਮਿਲਦੇ ਆ ਨੈਕਸਟ ਵੀਡੀਓ 'ਚ ਵੀਡੀਓ ਨੂੰ ਕਰ ਦਿਓ ਲਾਈਕ ਐਂਡ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਮੈਕਸਿਮਮ ਕਮੈਂਟ ਆਪਣਾ ਆਨਸਰ ਦੇਣਾ ਨਾ ਭੁੱਲਿਓ ਮਿਲਦੇ ਆ ਨੈਕਸਟ ਵੀਡੀਓ 'ਚ ਬਾਏ ਬਾਏ